ਵੱਖ-ਵੱਖ ਸੂਤਰਾਂ ਮੁਤਾਬਕ ਅੱਜ ਪੰਜਾਬ ਦੇ ਲਗਭਗ 70% ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਸ਼ਾਇਦ ਇਸੇ ਕਰਕੇ ਫੌਜ ਵਿੱਚ ਹਜ਼ਾਰਾਂ ਸਥਾਨ ਖਾਲੀ ਪਏ ਹਨ ਕਿਉਂਕਿ ਪੰਜਾਬ ਵਿੱਚੋਂ ਭਰਤੀ ਕਰਨ ਲਈ ਯੋਗ ਨੌਜਵਾਨ ਹੀ ਨਹੀਂ ਲੱਭ ਰਹੇ ਹਨ ਜੋ ਪੰਜਾਬ ਕਦੇ ਗੁਰੂਆਂ ਪੀਰਾਂ ਸ਼ਹੀਦਾਂ ਮਰਜੀਵੜਿਆਂ ਦੇਸ਼ ਭਗਤਾਂ ਤੋਂ ਇਲਾਵਾ ਆਪਣੀ ਤਾਕਤ ਬਹਾਦਰੀ ਦਰਿਆਦਿਲੀ ਸਰਮਾਏਦਾਰੀ ਸੁਹੱਪਣ ਅਤੇ ਖੁਸ਼ਹਾਲੀ ਲਈ ਮਸ਼ਹੂਰ ਹੁੰਦਾ ਸੀ ਉਹੀ ਪੰਜਾਬ ਅੱਜ ਨਸ਼ਿਆਂ ਰੋਗਾਂ ਕਰਜ਼ਿਆਂ ਖੁਦਕੁਸ਼ੀਆਂ ਗੁਨਾਹਾਂ ਅਤੇ ਬਦਹਾਲੀ ਵਜੋਂ ਮਸ਼ਹੂਰ ਹੁੰਦਾ ਜਾ ਰਿਹਾ ਹੈ ਕੀ ਆਪਣੇ ਪੰਜਾਬ 'ਤੇ ਮਾਣ ਕਰਨ ਵਾਲੇ ਹਰ ਪੰਜਾਬੀ ਦਾ ਅਜਿਹੇ ਭਿਆਨਕ ਤਰੀਕੇ ਨਾਲ ਵਿਗੜਦੇ ਜਾ ਰਹੇ ਹਾਲਾਤ ਨਾਲ ਨਜਿੱਠਣ ਵਾਸਤੇ ਕੋਈ ਵੀ ਫਰਜ਼ ਨਹੀਂ ਬਣਦਾ ਇਸ ਸਵਾਲ ਦੇ ਜਵਾਬ ਵਿੱਚ ਸਾਡੇ ਵੱਲੋਂ ਇਹ ਫਿਲਮ ਸਰਵਨਾਸ਼ ਹਾਜ਼ਰ ਹੈ ਜਿਸ ਨੂੰ ਹਰ ਸਕੂਲ ਕਾਲਜ ਅਤੇ ਨਗਰ ਵਿੱਚ ਦਿਖਾਇਆ ਜਾ ਸਕੇ ਤਾਂ ਇਹ ਨਸ਼ਿਆਂ ਦੀ ਮਹਾਮਾਰੀ ਨੂੰ ਠੱਲ ਪਾਉਣ ਵਾਸਤੇ ਇੱਕ ਸਾਰਥਕ ਕਦਮ ਸਾਬਿਤ ਹੋ ਸਕਦੀ ਹੈ ਆਮ ਤੌਰ 'ਤੇ ਗੁਆਂਢੀ ਮੁਲਕਾਂ ਨਾਲ ਹੋਣ ਵਾਲੀਆਂ ਜੰਗਾਂ ਅਤੇ ਸੰਕਟ ਦੌਰਾਨ ਹੀ ਆਪਣੇ ਵਤਨ ਲਈ ਕੁਝ ਕਰ ਦਿਖਾਉਣ ਵਾਸਤੇ ਸਾਨੂੰ ਜਾਗ ਆਇਆ ਕਰਦੀ ਹੈ ਪਰ ਅੱਜ ਫੌਜਾਂ ਦੀ ਜੰਗ ਤੋਂ ਬਗੈਰ ਹੀ ਇਸ ਫਿਲਮ ਰਾਹੀਂ ਅਸੀਂ ਤੁਹਾਨੂੰ ਜਗਾਉਣ ਦਾ ਯਤਨ ਕਰਨ ਆਏ ਹਾਂ ਕਿਉਂਕਿ ਨਸ਼ਿਆਂ ਦੀ ਜਿਹੜੀ ਖੁਫੀਆ ਅਤੇ ਖਾਮੋਸ਼ ਜੰਗ ਹੁਣ ਸਰਹੱਦਾਂ ਦੀ ਬਜਾਏ ਸਾਡੇ ਆਪਣੇ ਹੀ ਘਰਾਂ ਗਲੀ ਮੁਹੱਲਿਆਂ ਅਤੇ ਸਕੂਲਾਂ ਕਾਲਜਾਂ ਵਿੱਚ ਚੱਲ ਰਹੀ ਹੈ ਜੇ ਉਹ ਇਸੇ ਤਰ੍ਹਾਂ ਜਾਰੀ ਰਹੀ ਤਾਂ ਸ਼ਾਇਦ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਕੋਲ ਸਾਡੀਆਂ ਸਰਹੱਦਾਂ 'ਤੇ ਜੰਗ ਲੜਨ ਦੇ ਲਾਇਕ ਕੋਈ ਸਹੀ ਸਲਾਮਤ ਨੌਜਵਾਨ ਹੀ ਨਾ ਬਚ ਰਹੇ ਨਸ਼ਿਆਂ ਦਾ ਇਹ ਮਹਾਂਵਿਨਾਸ਼ਕਾਰੀ ਬੇਆਵਾਜ਼ ਬੰਬ ਦੁਨੀਆਂ ਦੇ ਕਿਸੇ ਵੀ ਪਰਮਾਣੂ ਬੰਬ ਨਾਲੋਂ ਕਿਤੇ ਤਾਕਤਵਰ ਅਤੇ ਖਾਮੋਸ਼ ਢੰਗ ਨਾਲ ਕਈ ਇਨਸਾਨੀ ਨਸਲਾਂ ਤਬਾਹ ਕਰ ਸਕਦਾ ਹੈ ਲਿਹਾਜ਼ਾ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਜਿਸ ਨੂੰ ਵੀ ਜਾਗ ਆ ਜਾਵੇ ਜਿਹਨੂੰ ਵੀ ਨਸ਼ਿਆਂ ਦੀ ਇਹ ਬੇਆਵਾਜ਼ ਜੰਗ ਨਜ਼ਰ ਆਉਣ ਲੱਗ ਪਵੇ ਜਿਹਦੇ ਅੰਦਰ ਵੀ ਆਪਦੇ ਵਤਨ ਆਪਦੀ ਮਿੱਟੀ ਅਤੇ ਆਪਦੇ ਲੋਕਾਂ ਦੇ ਬਚਾਅ ਵਾਸਤੇ ਚੰਗਿਆਈ ਦੀ ਕੋਈ ਚੜ੍ਹੰਗ ਪੈਦਾ ਹੋ ਜਾਵੇ ਉਹ ਕਿਸੇ ਵੀ ਪੱਧਰ 'ਤੇ ਸਾਡੇ ਇਸ ਉਪਰਾਲੇ ਨਾਲ ਜੁੜਨ ਵਾਸਤੇ ਸਾਨੂੰ ਕਦੇ ਵੀ ਸੰਪਰਕ ਕਰ ਸਕਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸਾਡੇ ਨਾਲ ਜੁੜਨ ਵਾਲੇ ਜਾਗਰੂਕ ਸੱਜਣਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਪਰਮਾਤਮਾ ਦੇ ਨਾਮ ਦੀ ਇਲਾਹੀ ਦਵਾਈ ਰਾਹੀਂ ਨਸ਼ਿਆਂ ਦੇ ਮਹਾਂਰੋਗ ਤੋਂ ਬਚਾਉਣ ਦੇ ਅਜਿਹੇ ਯਤਨ ਜਾਰੀ ਰੱਖ ਸਕੀਏ ਮੰਗਲ ਢਿਲੋਂ ਚੈਨਲ ਇੱਕ ਐਸਾ ਚੈਨਲ ਜੋ ਆਪਕਾ ਜੀਵਨ ਬਦਲ ਸਕਦਾ ਹੈ ਜੈਸੇ ਅਬ ਤੱਕ ਬਹੁਤੋਂ ਕਾ ਜੀਵਨ ਬਦਲ ਚੁੱਕਾ ਹੈ ਮੰਗਲ ਢਿਲੋਂ ਚੈਨਲ